ਸਾਡੇ ਦੇਸ਼ ਨੂੰ ਪੈਟਰੋਲੀਅਮ ਪਦਾਰਥਾਂ ਦੇ ਲਈ ਵਿਦੇਸ਼ਾਂ ਤੇ ਨਿਰਭਰ ਕਰਨਾ ਪੈਂਦਾ ਹੈ, ਜਿਸ ਦੇ ਕਾਰਨ ਦੇਸ਼ 'ਚ ਪੈਟਰੋਲੀਅਮ ਦੀਆਂ ਸੰਭਾਵਨਾ ਨੂੰ ਲੱਭਣ ਲਈ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ, ਜਿਸ ਦੇ ਕਾਰਨ ਤਕਨੀਕੀ ਦਲ ਮਾਛੀਵਾੜਾ ਦੇ ਇਲਾਕੇ ਦੇ ਕਈ ਪਿੰਡਾਂ 'ਚ ਖੁਦਾਈ ਕਰ ਪੈਟਰੋਲੀਅਮ ਦੀਆਂ ਸੰਭਾਵਨਾਵਾਂ ਲੱਭ ਰਹੇ ਨੇ। ਉੱਥੇ ਪਿੰਡ ਵਾਸੀਆਂ ਨੇ ਦੱਸਿਆ ਕਿ ਇੱਥੇ ਵੱਡੇ ਵੱਡੇ ਧਮਾਕੇ ਹੁੰਦੇ ਹਨ, ਜਿਸ ਦੇ ਨਾਲ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਤੇ ਘਰ ਬੈਠੇ ਅਸੀਂ ਸਹਿਮ ਜਾਂਦੇ ਹਾਂ। ਉੱਥੇ ਉਹਨਾਂ ਨੇ ਕਿਹਾ ਕਿ ਤੇਲ ਨਿਕਲਣ ਨਾਲ ਸਾਡੇ ਪਿੰਡ ਦੀ ਤਰੱਕੀ ਹੋਵੇਗੀ, ਜੋ ਕਿ ਬਹੁਤ ਅੱਛੀ ਗੱਲ ਹੈ। ਹਰਜੀਤ ਸਿੰਘ ਸਰ ਜੀ, ਜਿਹੜਾ ਇਹ ਪਾਈਪ ਸ਼ੱਕ ਚੈੱਕ ਕਰਦੇ ਪਏ ਨੇ, ਤੁਸੀਂ ਦੇਖਿਆ ਤੁਹਾਡੇ ਖੇਤਾਂ ਵੱਲ ਕੀ ਲੱਗਿਆ, ਤੁਹਾਨੂੰ ਕੀ ਕਰ ਰਹੇ ਨੇ ਇੱਥੇ ਜੀ? ਸਾਨੂੰ ਤਾਂ ਪਤਾ ਲੱਗਾ ਵੀ ਤੇਲ ਦਾ ਪ੍ਰੋਗਰਾਮ ਸੀਗਾ ਜੀ ਇਹਨਾਂ ਤੁਹਾਡਾ। ਅੱਛਾ ਜੀ, ਹਾਂ। ਕੀ ਇਹਨਾਂ ਨੇ ਕੋਈ ਇੱਥੇ ਬਲਾਸਟ ਬਲੂਸਟ ਵੀ ਕਰਿਆ ਧਮਾਕਾ? ਆਹ ਧਮਾਕੇ ਜੀ ਇੱਥੇ ਹੀ ਪਿੱਛੇ ਵਾਹ ਭਾਕਾ ਕਰਦੇ ਰਹੇ ਆ। ਅੱਛਾ ਜੀ, ਕਿਵੇਂ ਲੱਗਦਾ ਜੀ ਜਦ ਧਮਾਕਾ ਕਰਦੇ ਸੀ, ਕੋਈ ਪ੍ਰੋਬਲਮ ਆਈ ਇੱਥੇ? ਪ੍ਰੋਬਲਮ ਪੈ, ਸਾਡੇ ਦਰਵਾਜ਼ੇ ਸਾਰੇ ਹਿੱਲ ਗਏ। ਹਾਂਜੀ, ਤੇਲ ਵਗੈਰਾ ਦੇ ਮਿਲਿਆ ਉਰੇ ਲੱਗਿਆ ਕੋਈ ਤੇਲ? ਇਹ ਨਹੀਂ ਪਤਾ ਲੱਗਾ ਹਜੇ ਕੋਈ ਕਰੇ ਗਿਆ। ਕੱਲ ਜਦੋਂ ਅਸੀਂ ਘਰ ਬੈਠੇ ਬਹੁਤ ਬੜਾ ਬਲਾਸਟ ਹੋਇਆ ਧਮਾਕਾ, ਜਦ ਅਸੀਂ ਧਮਾਕਾ ਬਾਹਰ ਨਿਕਲੇ ਦੇਖਿਆ ਸਾਨੂੰ ਪਤਾ ਲੱਗਿਆ ਵੀ ਇੱਥੇ ਕੋਈ ਤੇਲ ਕੰਪਨੀ ਵਾਲੇ ਤੇਲ ਚੈੱਕ ਕਰਦੇ ਫਿਰਦੇ ਵੀ ਤੁਹਾਡੀ ਜ਼ਮੀਨ ਦੇ ਵਿੱਚ ਕਿਤੇ ਤੇਲ ਆ, ਉਹ ਚੈੱਕ ਕਰਨਾ ਇਹ ਨੇ। ਉਹ ਫਿਰ ਉਹ ਤੋਂ ਬਾਅਦ ਕਈ ਧਮਾਕੇ ਹੋਏ, ਪਤਾ ਲੱਗਿਆ ਜਿੰਨੇ ਬੋਰ ਕੀਤੇ ਸੀ ਇਹਨਾਂ ਨੇ ਸਾਰੇ ਬੋਰਾਂ 'ਚ ਧਮਾਕਾ ਕਰਕੇ ਉੱਥੋਂ ਲੈਬ ਟੈਸਟ ਲਈ ਲੈ ਗਏ ਨੇ ਵੀ ਸ਼ਾਇਦ ਤੁਹਾਡੇ ਤੇਲ ਨਿਕਲਿਆ ਵੇ। ਕੀ ਲੱਗਦਾ ਜੇ ਤੇਲ ਨਿਕਲ ਆਉਂਦਾ ਇੱਥੋਂ? ਜੇ ਤੇਲ ਨਿਕਲਦਾ ਜੀ ਅਸੀਂ ਖੁਸ਼ਹਾਲ ਹੋ ਜਾਵਾਂਗੇ ਜੀ, ਸਟੇਟ ਖੁਸ਼ਹਾਲ ਹੋ ਜੂਗਾ, ਜਿਹੜਾ ਬਾਹਰੋਂ ਇਹ ਤੇਲ ਮੰਗਾਉਂਦੇ ਨੇ ਉਹ ਲੈਣ ਦੇ ਹਟ ਜਾਣਗੇ, ਇਹਦਾ ਫਾਇਦਾ ਜੀ ਬਹੁਤ। ਦਰਕੌਰ ਹੈ ਜੀ ਮੇਰਾ, ਚੜੌਦੀ ਦੇ ਰਹਿਣ ਵਾਲੇ ਹਾਂ। ਹਾਂਜੀ, ਅਤੇ ਜਦੋਂ ਸਾਡੇ ਧਮਾਕਾ ਜਿਹਾ ਹੋਇਆ ਅਸੀਂ ਤਾਂ ਕਿਹਾ ਵੀ ਜਿੱਦਾਂ ਕੋਈ ਗੋਲੇ ਡਿੱਗਦੇ ਨੇ, ਸਾਨੂੰ ਤਾਂ ਕੋਈ ਸਮਝ ਨਹੀਂ, ਫਿਰ ਅਸੀਂ ਬਾਹਰ ਨਿਕਲ ਕੇ ਵੇਖਿਆ ਪਰ ਸਾਡੇ ਕੰਧਾਂ ਤੱਕ ਜਰਦਾ ਸੀ ਵੀ ਜਿੱਦਾਂ ਵੀ ਕੰਧਾਂ ਹਿਲਦੀਆਂ ਨੇ, ਸ਼ੀਸ਼ੇ ਹਿਲਦੇ ਸਨ ਸਾਰੇ। ਕੀ ਹੋਇਆ ਸੀਗਾ ਜੀ ਇੱਥੇ, ਕੀ ਕਰਦੇ ਸੀਗੇ, ਕੀ ਚੈੱਕ ਕਰ ਰਹੇ ਸੀ? ਇਹ ਤੇਲ ਵਾਸਤੇ ਕਰਦੇ ਆ, ਸਾਨੂੰ ਤਾਂ ਦੱਸਿਆ ਗਿਆ ਸੀ ਵੀ ਤੇਲ ਵਾਸਤੇ ਚੈੱਕ ਕਰਦੇ ਹਾਂ। ਜੇ ਤੇਲ ਨਿਕਲ ਜਾਂਦਾ ਤੁਹਾਨੂੰ ਕੀ ਲੱਗਦਾ ਕਿ ਫਾਇਦਾ ਹੋਏਗਾ ਨੁਕਸਾਨ ਹੋਏਗਾ? ਚਲੋ ਉਹ ਤਾਂ ਫਾਇਦਾ ਜੇ ਨਿਕਲ ਆਵੇ ਸਾਨੂੰ ਕੋਈ ਇਸ ਗੱਲ ਦੀ ਪ੍ਰੋਬਲਮ ਨਹੀਂ, ਵੀ ਸਾਨੂੰ ਦੇ ਵੀ ਸਾਡਾ ਨੁਕਸਾਨ ਨਾ ਕੋਈ ਹੋਵੇ। ਪਾਣੀ ਪਾਸ ਹਮ ਲੋਕ ਸਟਾਰਟ ਕੀ ਹੈ ਔਰ ਯੇ 120 ਮੀਟਰ ਨੀਚੇ ਜਾ ਰਹਾ ਹੈ, ਉਸੀ ਪਰ ਹਮ ਲੋਕ ਪਲਾਸਟਿਕ ਕਰ ਰਹੇ ਹੈ। ਯੇ ਕਾਮ 8 ਮਹੀਨੇ ਸੇ ਚੱਲ ਰਹਾ ਹੈ। 8 ਮਹੀਨੇ ਸੇ ਪਹਿਲੇ ਆਪ ਕਹਾਂ ਪੇ ਕਾਮ ਕਰ ਰਹੇ ਥੇ? ਪਹਿਲੇ ਇਸੀ ਪਹਿਲੇ ਮੇਰਠ ਮੇ ਕਾਮ ਚਲਾ ਥਾ, ਮੁਜ਼ੱਫਰਨਗਰ ਮੇ ਕਾਮ ਚਲਾ ਥਾ, ਉਸਕੇ ਬਾਅਦ। ਸੋ ਇਸਕੀ ਰਿਪੋਰਟ ਕਬ ਆਏਗੀ? ਇਸਕੀ ਰਿਪੋਰਟ ਆਨੇ ਮੇ ਸਾਲ ਭਰ ਮੇ ਟਾਈਮ ਲੱਗ ਸਕਤਾ ਹੈ, 6 ਮਹੀਨੇ। ਕਿਆ ਆਸ ਜਤਾਈ ਜਾ ਰਹੀ ਕਿ ਬਾਕੀ ਹੀ ਮੇ ਯਹਾਂ ਪੇ ਜੋ ਖਨਿਜ ਪਦਾਰਥ ਹਮੇ ਮਿਲ ਸਕਤੇ ਹੈ? ਸੰਭਾਵਨਾ ਹੈ, ਇਸੀ ਲਈ ਹਮ ਲੋਕ ਸਰਚ ਇਸ ਪੇ ਕਰ ਰਹੇ ਹੈਂ। ਚਲੇ ਗਏ ਉਸਕੇ ਬਾਅਦ ਫਿਰ ਪੰਜਾਬ ਕੀ ਵਾਪਸੀ ਕੀ ਹੈ ਜੀ? ਆਪ ਕਿਤਨੇ ਬੋਰ ਆਪਨੇ ਜੋ ਕੀਏ ਹੈ? ਅਭੀ ਅਭੀ ਤੋ ਫਿਲਹਾਲ 7 ਬੋਰ ਯਹਾਂ ਪੇ ਹੁਆ ਹੈ, ਜਿਸਕੀ ਆਪਨੇ ਜਾਂਚ ਕਰ ਲਈ ਹੈ। ਅਬ ਆਗੇ ਔਰ ਹਮ ਲੋਕ ਕਾ ਟੀਮ ਚੱਲ ਰਹੀ ਹੈ। ਤੋ ਆਗੇ ਕਹਾਂ ਕਹਾਂ ਜਾਣੇ ਕਾ ਪਲਾਨ ਹੈ ਆਪਕਾ? ਬਸ ਇਹੀ ਪੰਜਾਬ ਸੇ ਅੰਮ੍ਰਿਤਸਰ ਜਾ। ਅਬ ਮਾਛੇਵਾੜਾ ਸੇ ਆਪ ਅੰਮ੍ਰਿਤਸਰ ਜਾਓਗੇ? ਅੰਮ੍ਰਿਤਸਰ ਜਾਏਗੇ। ਸ਼ੁਕਰੀਆ।